ਦੋਸਤੋ, ਪੇਂਡੂ ਆਸਟ੍ਰੇਲੀਆ ਦੇ ਜਿਹੜਾ ਐਪੀਸੋਡ 2 ਅਤੇ ਉਹਦਾ ਪਾਰਟ 3 ਦੇ ਵਿੱਚ ਅਸੀਂ ਜਸਵਿੰਦਰ ਸਿੰਘ ਜਿਹੜੇ ਕਿ ਰਿਵਰਲੈਂਡ ਦੇ ਵਿੱਚ ਅੱਜ ਕੱਲ੍ਹ ਖੇਤੀ ਕਰ ਰਹੇ ਆ, ਉਹਨਾਂ ਦਾ ਜਿਹੜੇ ਉਹਨਾਂ ਦੇ ਕੰਮ ਕਾਰ ਦੇ ਤਰੀਕੇ, ਉਹਨਾਂ ਦੀ ਰਹਿਣੀ ਸਹਿਣੀ ਅਤੇ ਉਹਨਾਂ ਦਾ ਜਿਹੜਾ ਤਜਰਬੇ ਤੁਹਾਡੇ ਨਾਲ ਸਾਂਝੇ ਕੀਤੇ ਸਨ। ਇਸ ਸੀਰੀਅਲ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਜਿਹੜੇ ਜਗਿਆਸੂ ਸਵਾਲ ਆਏ, ਉਹਨੂੰ ਜੇ ਇੱਕ ਕੋਮਨ ਸਵਾਲ ਮੰਨਿਆ ਜਾਵੇ ਤਾਂ ਉਹ ਇਹ ਸੀ ਵੀ ਉਹਨਾਂ ਨੇ, ਜਸਵਿੰਦਰ ਸਿੰਘ ਨੇ ਬੜੀ ਤਰੱਕੀ ਕੀਤੀ। 1986 ਦੇ ਵਿੱਚ ਉਹ ਇੱਕ ਜਿਹੜਾ ਬੈਗ ਲੈ ਕੇ ਘਰੋਂ ਨਿਕਲੇ ਸਨ, ਉਹ ਵੀ ਕੱਚੇ ਤੌਰ ਦੇ ਉੱਤੇ, ਤਾਂ ਉਹ ਅੱਜ ਆਉਂਦੇ ਆਉਂਦੇ 2014 ਤਕਰੀਬਨ 28 ਵਰ੍ਹਿਆਂ ਦੇ ਵਿੱਚ ਉਹਨਾਂ ਨੇ ਜਿਹੜਾ ਆਪਣਾ ਸਾਮਰਾਜ ਖੜਾ ਕੀਤਾ। ਜੇ ਸਾਮਰਾਜ ਦੀ ਗੱਲ ਕਰੀਏ ਤਾਂ ਅੱਜ ਅਸੀਂ ਦੇਖ ਸਕਦੇ ਹਾਂ 6 ਟਰੈਕਟਰ, ਅੰਗੂਰ ਦੀ ਜਿਹੜੀ ਹਾਰਵੈਸਟਿੰਗ ਦੀ ਮਸ਼ੀਨ, 100 ਕਿੱਲੇ ਦੇ ਨੇੜੇ ਖੇਤੀ, ਉਹਨਾਂ 'ਚ ਸਾਰੇ ਖੇਤਾਂ ਦੇ ਵਿੱਚ ਅੱਡੋ ਅੱਡ ਘਰ, ਬਹੁਤ ਸਾਰੀਆਂ ਗੱਡੀਆਂ, ਬਹੁਤ ਸਾਰੇ ਜਿਹੜੇ ਸੰਦ, ਇਹ ਸਾਰੀਆਂ ਚੀਜ਼ਾਂ ਜਸਵਿੰਦਰ ਸਿੰਘ ਨੇ ਇੱਥੇ ਆ ਕੇ ਬਣਾਈਆਂ, ਕਿਉਂਕਿ ਘਰੋਂ ਤਾਂ ਉਹ ਇੱਕ ਸਿਰਫ ਬੈਗ ਲੈ ਕੇ ਚੱਲੇ ਸਨ। ਸੋ ਸਾਡੇ ਮਨ 'ਚ ਇੱਕ ਸਵਾਲ ਉੱਠਦਾ ਵੀ ਵਿਦੇਸ਼ ਦੇ ਵਿੱਚ ਫਿਰ ਇਹਦਾ ਮਤਲਬ ਵੀ ਬੜੇ ਸੌਖਾ ਕਾਮਯਾਬ ਹੋਣਾ ਅਤੇ ਬੜੀ ਛੇਤੀ ਬੰਦਾ ਅਮੀਰ ਹੋ ਜਾਂਦਾ। ਇਹ ਗੱਲ ਨਹੀਂ ਹੈ ਦੋਸਤੋ, ਜਿਹੜਾ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ, ਜਿਹੜਾ ਦੂਜਾ ਪਹਿਲੂ ਆ, ਜੇ ਤੁਸੀਂ ਉਹਨੂੰ ਜਾਣੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਜਸਵਿੰਦਰ ਸਿੰਘ ਇਸ ਮੁਕਾਮ 'ਤੇ ਜੇ ਅੱਜ ਪਹੁੰਚਿਆ ਤਾਂ ਉਹਦੇ ਪਿੱਛੇ ਸਖਤ ਮਿਹਨਤ ਆ। ਤੁਸੀਂ ਅੱਜ ਵੀ ਜੇ ਨੋਟ ਕਰੋਗੇ, ਅੱਜ ਜੇ ਜਸਵਿੰਦਰ ਸਿੰਘ ਇਸ ਮੁਕਾਮ 'ਤੇ ਪਹੁੰਚ ਗਿਆ, ਪਰ ਫਿਰ ਵੀ ਉਹਨਾਂ ਨੇ ਕੰਮ ਕਰਨਾ ਨਹੀਂ ਛੱਡਿਆ। ਉਹਨਾਂ ਦੇ ਅੱਜ ਵੀ ਕੋਈ ਵੀ ਨੌਕਰ ਨਹੀਂ ਲੱਗਿਆ ਹੋਇਆ, ਉਹ ਖੇਤ ਦੇ ਵਿੱਚ ਉਹਨਾਂ ਦੇ ਕੋਈ ਸੀਰੀ ਨਹੀਂ, ਘਰ ਦੇ ਵਿੱਚ ਉਹਨਾਂ ਦੇ ਕੋਈ ਸਫਾਈ 'ਤੇ ਨਹੀਂ ਲੱਗਿਆ ਹੋਇਆ, ਸਾਰੇ ਕੰਮ ਉਹ ਅਤੇ ਉਹਨਾਂ ਦਾ ਪਰਿਵਾਰ ਆਪ ਕਰਦੇ ਆ ਅਤੇ ਬੜੀ ਮਿਹਨਤ ਅੱਜ ਵੀ ਕਰਦੇ ਆ। ਇਹੀ ਚੀਜ਼ ਦਾ ਫਰਕ ਆ ਜੀ ਵਿਦੇਸ਼ ਦੀ ਜ਼ਿੰਦਗੀ ਦਾ ਅਤੇ ਭਾਰਤ ਦੀ ਜ਼ਿੰਦਗੀ ਦਾ। ਭਾਰਤ ਦੇ ਵਿੱਚ ਅਸੀਂ ਸਿਰਫ ਉਲਾਂਭੇ ਗਿਲੇ ਸ਼ਿਕਵੇ ਦਿੰਦੇ ਹਾਂ ਵੀ ਅਸੀਂ ਕਾਮਯਾਬ ਨਹੀਂ ਹੋ ਰਹੇ। ਕਾਮਯਾਬ ਅਸੀਂ ਹੋ ਵੀ ਜਾਂਦੇ ਹਾਂ ਤਾਂ ਪਹਿਲਾ ਕੰਮ ਸਾਡਾ ਹੁੰਦਾ ਕੰਮ ਛੱਡ ਦਿਓ। ਸੋ ਜੇ ਕੰਮ ਛੱਡ ਕੇ ਤੁਸੀਂ ਜ਼ਿੰਦਗੀ ਦੇ ਵਿੱਚ ਨਹੀਂ ਕਾਮਯਾਬ ਹੋ ਸਕਦੇ, ਤੁਸੀਂ ਕੰਮ ਕਰਨ ਦੀ ਜਗਿਆਸਾ ਰੱਖਦੇ ਹੋ, ਕੰਮ ਕਰਨ ਦੀ ਇੱਛਾ ਰੱਖਦੇ ਹੋ, ਤਾਂ ਵਿਦੇਸ਼ ਤੁਹਾਡਾ ਸਦਾ ਹੀ ਸਵਾਗਤ ਕਰਦਾ ਅਤੇ ਤੁਸੀਂ ਵੀ ਅਗਲੇ ਜਸਵਿੰਦਰ ਸਿੰਘ ਬਣ ਸਕਦੇ ਹੋ। ਲਓ ਜੀ ਬਾਈ ਜੀ, ਇਹ ਟਰੈਕਟਰ ਨਿਊ ਹਾਲੈਂਡ ਆ, ਜਿਹੜਾ ਕਿ ਸਪਰੇਅ ਪਲਾਂਟ ਦੇ ਹੁਣੇ ਹੁਣ ਸਪਰੇਅ ਕਰਕੇ ਦਿਖਾਈ ਆ। ਇਸ ਟਰੈਕਟਰ ਦੀ ਜਿਹੜੀ ਖਾਸੀਅਤ ਹੈ, 4x4 ਦੇ ਨਾਲ ਨਾਲ 90 ਡਿਗਰੀ 'ਤੇ ਘੁੰਮਦਾ। ਹੁਣ ਤੁਹਾਨੂੰ ਦਿਖਾਵਾਂਗੇ ਘੁੰਮਾ ਕੇ ਕਿਵੇਂ 90 ਡਿਗਰੀ ਦੇ ਉੱਤੇ ਘੁੰਮ ਕੇ ਇੱਕ ਲਾਈਨ 'ਚੋਂ ਦੂਜੀ ਲਾਈਨ ਦੇ ਵਿੱਚ ਹੀ ਜਾ ਸਕਦਾ। ਸੋ ਇਹ ਇਸ ਟਰੈਕਟਰ ਦੀ ਖਾਸੀਅਤ ਆ ਜੀ ਵੀ ਤੁਸੀਂ ਨਾਲ ਦੀ ਲਾਈਨ ਦੇ ਵਿੱਚ ਵੀ ਮੁੜ ਸਕਦੇ ਹੋ, ਹਲਾਂ ਪਾਉਣ ਦੀ ਲੋੜ ਨਹੀਂ। ਸਰਲ ਭਾਸ਼ਾ ਜੀ 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 ਸਲੈਸ਼ਰ ਫੇਰਿਆ ਜਾ ਰਿਹਾ, ਅਤੇ ਸਲੈਸ਼ਰ ਨਾਲ ਨਾਲ ਜਿੰਨੀਆਂ ਵੀ ਇੱਥੇ ਪ੍ਰੂਨਿੰਗ ਨਾਲ ਕੱਟੀਆਂ ਹੋਈਆਂ ਬੱਲਾਂ ਉਹਨਾਂ ਨੂੰ ਸਾਰਿਆਂ ਨੂੰ ਸਲੈਸ਼ ਕਰ ਦੂਗਾ ਅਤੇ ਫਾਲਤੂ ਦਾ ਘਾਹ ਸਲੈਸ਼ ਕਰ ਦੂਗਾ। ਅਤੇ ਜ਼ਿਆਦਾਤਰ ਸਲੈਸ਼ਰ ਜਿਹੜਾ ਟਰੈਕਟਰ ਕੈਬਨ ਵਾਲੇ ਨਾਲ ਮਾਰਦਾ, ਕਿਉਂਕਿ ਗਰਦ ਪੈਂਦੀ ਆ। ਲਓ ਜੀ ਦੋਸਤੋ, ਅਸੀਂ ਘਰ ਦੇ ਪਿੱਛੇ ਵਾਲੇ ਪਾਸੇ ਆ ਗਏ ਹਾਂ। ਤੁਸੀਂ ਦੇਖਿਆ ਯੂਟ ਖੜਾ, ਪੁਰਾਣਾ ਯੂਟ ਆ, ਇਹ ਇੱਕ ਜ਼ਿਮੀਂਦਾਰ ਦਾ ਇੱਥੇ ਬਹੁਤ ਵੱਡਾ ਸਾਥੀ ਆ। ਯੂਟ ਬਿਨਾਂ ਜ਼ਿਮੀਂਦਾਰ ਇੱਥੇ ਖੇਤੀ ਨਹੀਂ ਕਰ ਸਕਦਾ, ਕਿਉਂਕਿ ਕਿਤੇ ਬਾਜ਼ਾਰੋਂ ਕੁਛ ਲਿਆਉਣਾ, ਕਿਤੇ ਰੇਹ ਸਪਰੇ ਇਸ ਨਾਲ ਚੱਲਦੇ ਆ। ਨਾਲ ਹੀ ਆ ਚੋਤੇ ਬਿਨ ਖੜਾ, ਜਿਹਨੂੰ ਅਸੀਂ ਪਹਿਲਾਂ ਕਿਹਾ ਸੀ, ਇਹ ਇੱਕ ਹਿੱਸਾ ਗਾ ਅੰਗੂਰ ਤੋੜਨ ਵਾਲੀ ਮਸ਼ੀਨ ਦਾ। ਜਦੋਂ ਅੰਗੂਰ ਟੁੱਟਦੇ ਆ, ਪੈਰਲਰ ਨਾਲ ਵਾਲੀ ਲਾਈਨ ਦੇ ਵਿੱਚ ਚੱਲਦਾ ਅਤੇ ਇਹਦੇ ਵਿੱਚ ਅੰਗੂਰ ਟੁੱਟ ਕੇ ਜਾਂਦੇ ਆ ਅਤੇ ਫਿਰ ਇਹ ਟਰੱਕ ਦੇ ਵਿੱਚ
ਆਟੋਮੈਟਿਕ ਹੀ ਕੰਪਰੈਸਰ ਸਿਸਟਮ ਨਾਲ ਜਾ ਕੇ ਲਿਫਟ ਸਿਸਟਮ ਹੋ ਕੇ ਟਰੱਕ ਦੇ ਵਿੱਚ ਲੋਡ ਹੋ ਜਾਂਦਾ। ਬੋਰਡ ਕਿਉਂ ਲੱਗਾ ਓਵਰਸਾਈਜ਼? ਇਹ ਓਵਰਸਾਈਜ਼ ਬੋਰਡ ਆ, ਜਿਹੜਾ ਇਹਦਾ ਸਾਈਜ਼ ਆ ਜਿਹੜਾ ਆਮ ਚੀਜ਼ਾਂ ਨਾਲੋਂ ਨੋਰਮਲ ਨਾਲੋਂ ਵੱਖਰਾ। ਜਦੋਂ ਇਹਨੂੰ ਕਿਤੇ ਰੋਡ 'ਤੇ ਲਿਜਾਣਾ ਤਾਂ ਇੱਥੋਂ ਦਾ ਇੱਕ ਪ੍ਰੋਟੋਕੋਲ ਆ ਵੀ ਤੁਸੀਂ ਬਿਨਾਂ ਓਵਰਸਾਈਜ਼ ਦੇ ਬੋਰਡ ਦੇ, ਅਤੇ ਆਹ ਲਾਈਟ ਦੇਖੀ ਹੋਣੀ ਹੈ, ਯੈਲੋ ਲਾਈਟ ਲੱਗੀ ਹੈ, ਇਹ ਫਲੈਸ਼ ਕਰੇ ਬਿਨਾਂ ਤੁਸੀਂ ਇਹਨੂੰ ਰੋਡ 'ਤੇ ਨਹੀਂ ਚੜ੍ਹਾ ਸਕਦੇ। ਲਓ ਬਾਈ ਜੀ ਨੇ ਉੱਧਰ ਗੰਨੇ ਦੀ ਮਸ਼ੀਨ ਸੈੱਟ ਕਰ ਲਈ ਹੈ ਜੀ, ਅਤੇ ਗੰਨਾ ਮਸ਼ੀਨ ਧੋ ਕੇ ਅਤੇ ਤਾਜ਼ਾ ਗੰਨੇ ਦਾ ਜੂਸ ਅਸੀਂ ਹੁਣ ਪੀਣਾ, ਅਤੇ ਉਹ ਦੇਖਦੇ ਹਾਂ ਹੁਣ ਬਾਈ ਜੀ ਸਾਨੂੰ ਕਿਹੜਾ ਜੂਸ ਪਾਉਂਦੇ ਆ ਜੀ। ਮੈਨੂੰ ਤਾਂ ਦੇਖੋ ਲੱਗ ਗਿਆ ਆਨੰਦ ਆ ਗਿਆ, ਹੁਣ ਮੈਨੂੰ ਨਹੀਂ ਪਤਾ ਤੁਹਾਨੂੰ ਯਾਦ ਆ ਗਈ ਪਿੰਡ ਦੀ ਪੂਰੀ, ਤੇ ਹੁਣ ਤੇ ਮੇਰਾ ਇੰਡੀਆ ਜਾਣੂ ਜੀ ਕਰਨ ਡਿਆ, ਪੰਜਾਬ ਚੱਲੀਏ। ਤੈਨੂੰ ਕਰਨ ਡਿਆ ਪਰ ਮੇਰਾ ਨਹੀਂ ਨਾ ਡਿਆ। ਤੇ ਉਹ ਗੱਲ ਇਹ ਆ ਵੀ ਆਪਾਂ ਜਿਹੜਾ ਆਨੰਦ ਆਉਣ ਦੇ ਕਈ ਕਾਰਨ ਹੋ ਗਏ ਹੈ ਨਾ, ਜਿੱਥੇ ਇੱਕ ਤਾਂ ਪੰਜਾਬੀ ਕਲਚਰ, ਪੰਜਾਬੀ ਦੀਆਂ ਪੁਰਾਣੀਆਂ ਗੱਲਾਂ ਫਰੋਲੀਆਂ, ਅਤੇ ਇੱਕ ਜਾਣਕਾਰੀ ਹਾਸਲ ਕਰੀ, ਤੀਜਾ ਜਿਹੜਾ ਐਂਡ 'ਤੇ ਗੰਨੇ ਦਾ ਜੂਸ ਪੀਤਾ ਉਹਨੇ ਨਜ਼ਾਰਾ ਲਿਆ ਤਾ। ਬਿਲਕੁਲ। ਸੋ ਆਪਾਂ ਹੁਣ ਬਾਈ ਜੀ ਤੋਂ ਲੈਂਦੇ ਹਾਂ ਵਿਦਾ, ਪਰ ਇਹ ਤਾਂ ਮੈਨੂੰ ਲੱਗਦਾ ਵੀ ਇੰਨਾ ਇਹਨਾਂ ਦੇ ਤਜਰਬੇ ਦੇ ਇੰਨਾ ਕੁਛ ਆ ਵੀ ਆਪਾਂ ਇੰਨੇ ਕੁ ਟਾਈਮ ਸਮੋ ਨਹੀਂ ਸਕਦੇ, ਕਿਸੇ ਦਾ ਆਪਾਂ ਪੂਰਾ ਐਪੀਸੋਡ ਕਰਦੇ, ਪੂਰਾ ਪੂਰਾ ਕਰਾਂਗੇ। ਸੋ ਸਾਨੂੰ ਹੁਣ ਇਜਾਜ਼ਤ ਲੈਂਦੇ ਹਾਂ ਜੀ ਅਸੀਂ ਬਾਈ ਜੀ ਤੋਂ। ਸੋ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਜੀ, ਤੁਸੀਂ ਸਾਡੇ ਲਈ ਇੰਨਾ ਵਕਤ, ਕੀਮਤੀ ਵਕਤ ਕੱਢਿਆ ਅਤੇ ਇੰਨੀ ਜਾਣਕਾਰੀ ਦਿੱਤੀ। ਧੰਨਵਾਦ ਜੀ ਬਹੁਤ ਤੁਹਾਡਾ, ਤੁਸੀਂ ਜਿਹੜਾ ਉਪਰਾਲਾ ਸ਼ੁਰੂ ਕੀਤਾ, ਮਹਾਰਾਜ ਤੁਹਾਨੂੰ ਜੋਗਣੇ ਤਰੱਕੀਆਂ ਬਖਸ਼ੇ। ਮਿਹਰਬਾਨੀ ਜੀ, ਕਿਉਂਕਿ ਇਹ ਕੰਮ ਕੋਈ ਹਰ ਕੋਈ ਨਹੀਂ ਕਰ ਸਕਦਾ ਜਿਹੜਾ ਤੁਸੀਂ ਵਿੱਢਿਆ। ਬਸ ਜੀ ਸਾਡੀ ਡਿਊਟੀ ਲੱਗੀ ਹੈ, ਬਸ ਇਹ ਤੁਹਾਡੀ ਡਿਊਟੀ ਲੱਗੀ ਹੈ, ਤੁਸੀਂ ਮਹਾਰਾਜ ਵੱਲੋਂ ਡਿਊਟੀ ਲੱਗੀ ਹੈ, ਨਿਭਾਉਣੀ ਹੈ। ਸੋ ਜ਼ਰੂਰ ਜੀ, ਮਿਲਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਹ ਮੁਰੇ ਰਿਵਰ ਦੇ ਉੱਤੇ ਅਸੀਂ ਖੜ੍ਹੇ ਹਾਂ ਇਸ ਟਾਈਮ, ਅਤੇ ਅਸੀਂ ਜਾ ਰਹੇ ਹਾਂ ਇਸ ਰਿਵਰ ਦੇ ਦੂਜੇ ਪਾਸੇ। ਜਾਣ ਲਈ ਤੁਸੀਂ ਦੇਖ ਰਹੇ ਹੋਗੇ ਕੋਈ ਪੁੱਲ ਨਹੀਂ, ਇਹ ਪੁੱਲ ਆ ਜਿਹੜਾ ਇੱਕ ਫੈਰੀ ਹੈ ਜੀ, ਅਤੇ ਇਹ ਫੈਰੀ ਇੱਧਰ ਸਿਰੋਂ ਸਾਨੂੰ ਦੂਜੀ ਆਪਣੀ ਮੰਜ਼ਿਲ ਦੇ ਉੱਤੇ ਲੈ ਜਾਵੇਗੀ। ਪਰ ਹੁਣ ਇਹਦੀ ਜਿਹੜੀ ਹਿਸਟਰੀ ਆ ਉਹ ਇਹ ਕਹਿੰਦੀ ਆ ਵੀ ਅੱਜ ਚਾਹੇ ਮੁਲਕ ਕਿੱਡੇ ਵੀ ਵੱਡੇ ਪੁੱਲ ਉਸਾਰ ਸਕਦੇ ਆ, ਪਰ ਉਹ ਕਹਿੰਦੇ ਵੀ ਸਾਡਾ ਕਲਚਰ ਆ, ਅਸੀਂ ਆਪਦੇ ਕਲਚਰ ਨੂੰ ਸਾਂਭ ਕੇ ਰੱਖਣਾ, ਜਿਹੜੇ ਪੁਰਾਣੇ ਜ਼ਮਾਨੇ 'ਚ ਜਿਹੜੇ ਢੰਗ ਨਾਲ ਅਸੀਂ ਨਦੀ ਪਾਰ ਕਰਦੇ ਸੀ ਉਸੇ ਢੰਗ ਨਾਲ ਹੀ ਰੱਖਣੀ ਆ,
ਸੋ ਇਸ ਮੁਰੇ ਰਿਵਰ ਦੇ ਵਿੱਚ ਸਾਊਥ ਆਸਟ੍ਰੇਲੀਆ ਦੇ ਵਿੱਚ ਤਕਰੀਬਨ 6 ਦੇ ਕਰੀਬ ਜਿਹੜੀਆਂ ਇਹੋ ਜਿਹੀਆਂ ਫੈਰੀ ਹੈ ਜੀ ਬਣੀਆਂ ਹੋਈਆਂ, ਜਿਹਦੇ 'ਚ ਤਕਰੀਬਨ 5-6 ਗੱਡੀਆਂ ਇੱਕ ਪਾਸਿਓਂ ਚੜ੍ਹਾ ਕੇ ਦੂਜੇ ਪਾਸੇ ਲਿਜਾਇਆ ਜਾ ਸਕਦਾ, ਅਤੇ ਇਹ ਸਰਵਿਸ ਬਿਲਕੁਲ ਫਰੀ ਆਫ ਕੋਸਟ, ਜਿਹਦੇ 'ਚ ਕੁਛ ਵੀ ਤੁਹਾਡੇ ਤੋਂ ਚਾਰਜ ਨਹੀਂ ਕੀਤਾ ਜਾਂਦਾ, ਅਤੇ 24 ਘੰਟੇ ਚੱਲਦੀ ਆ। ਸੋ ਇੱਕ ਬਹੁਤ ਵਧੀਆ ਜਿਹੜਾ ਇਹਨਾਂ ਨੇ ਆਨੰਦਦਾਇਕ ਜਿਹੜਾ ਇੱਕ ਮਾਹੌਲ ਕ੍ਰੀਏਟ ਹੁੰਦਾ ਜਦੋਂ ਤੁਸੀਂ ਇਹ ਐਡੀ ਮੁਰੇ ਰਿਵਰ ਦੀ ਹਿੱਕ ਦੇ ਉੱਤੋਂ ਦੀ ਦੂਜੇ ਪਾਸੇ ਜਾਂਦੇ ਹੋ। ਸੋ ਉਹੀ ਨਜ਼ਾਰਾ ਲੈਂਦੇ ਹਾਂ ਜੀ, ਅਤੇ ਦੂਜੇ ਪਾਸੇ ਦਾ ਜਾ ਕੇ ਮਾਹੌਲ ਦੇਖਦੇ ਹਾਂ। ਲਓ ਜੀ ਦੋਸਤੋ, ਚੱਲਦੇ ਚਲਾਉਂਦੇ ਅਸੀਂ ਪਹੁੰਚ ਚੁੱਕੇ ਹਾਂ ਲਰੂਪ। ਇਹ ਵੀ ਰਿਵਰਲੈਂਡ ਦਾ ਇੱਕ ਹਿੱਸਾ, ਇੱਕ ਛੋਟਾ ਜਿਹਾ ਟਾਊਨ ਆ, ਬਹੁਤ ਥੋੜ੍ਹੀ ਆਬਾਦੀ ਆ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪਰ ਜਿਹੜੀ ਦੀ ਲੋਕੇਸ਼ਨ ਆ ਉਹ ਮੈਂ ਦੱਸ ਦਿਆਂ ਵੀ ਵਿਕਟੋਰੀਆ ਦਾ ਬਾਰਡਰ ਇੱਥੋਂ ਬਾਂਹ ਪਹੁੰਚਦੀ ਆ, ਐਂ ਕਹਿ ਸਕਦੇ ਹਾਂ ਅਸੀਂ ਵੀ ਬਹੁਤ ਨੇੜੇ ਵਿਕਟੋਰੀਆ ਦਾ ਬਾਰਡਰ ਇੱਥੋਂ ਸਟਾਰਟ ਹੋ ਜਾਂਦਾ ਜੀ, ਅਤੇ ਮਲਡੂਰੇ ਨੂੰ ਇੱਥੋਂ ਜਿਹੜਾ ਰਾਹ ਜਾਂਦਾ, ਜੇ ਕਹਿ ਸਕੀਏ ਤਾਂ ਇੱਥੋਂ ਦੀ ਮੈਲਬਰਨ ਨੂੰ ਵੀ ਜਾਇਆ ਜਾ ਸਕਦਾ, ਐਡੀਲੇਡ ਨੂੰ ਮੈਲਬਰਨ ਦਾ ਇੱਕ ਰਾਹ ਇਹ ਵੀ ਆ। ਇਸ ਦੌਰਾਨ ਜਿਹੜਾ ਇਸ ਏਰੀਏ ਦੇ ਵਿੱਚ ਬਹੁਤ ਸਾਰੇ ਸਾਡੀਆਂ ਜਿਵੇਂ ਪੰਜਾਬੀ ਫੈਮਿਲੀਜ਼ ਰਿਵਰਲੈਂਡ 'ਚ ਰਹਿੰਦੀਆਂ, ਉਹਨਾਂ ਦੇ ਵਿੱਚੋਂ ਇੱਕ ਫੈਮਿਲੀ ਹੈ ਜਿਹੜੀ ਇਹ ਇੱਥੇ ਲਰੂਪ ਦੇ ਵਿੱਚ ਇੱਥੇ ਰਹਿੰਦੇ ਆ, ਅਤੇ ਉਹ ਨੇ ਸਰਦਾਰ ਸਰੂਪ ਸਿੰਘ ਜੌਹਲ ਜਿਹੜੇ ਕਿ ਸਾਡੇ ਨਾਲ ਹੁਣ ਹਾਜ਼ਰ ਨੇ। ਸੋ ਪਹਿਲਾਂ ਤਾਂ ਸਵਾਗਤ ਆ ਤੁਹਾਡਾ, ਅਤੇ ਫਿਰ ਤੁਸੀਂ ਪਹਿਲਾਂ ਚਾਨਣਾ ਪਾਓ ਵੀ ਪੰਜਾਬ ਤੋਂ ਤੁਸੀਂ ਕਿਹੜੀ ਜਗ੍ਹਾ ਤੋਂ। ਫਿਰ ਤਾਂ ਗੱਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਇਹ ਕੋਸ਼ਿਸ਼ ਕੀਤੀ ਆ ਸੁਨੇਹਾ ਪਹੁੰਚਾਉਣ ਦੀ ਆਪਣੇ ਵਤਨ ਦੇ ਜਿਹੜੇ ਆਪਣੇ ਯੰਗਸਟਰ ਇਸ ਵੇਲੇ ਬੈਠੇ ਆ ਚਾਹੁੰਦੇ ਆ ਬਾਹਰ ਆਉਣਾ ਜੀ ਜੀ, ਅਤੇ ਤੁਹਾਡੀ ਕੋਸ਼ਿਸ਼ ਦਾ ਇਹ ਫਲ ਲੱਗੂਗਾ। ਅਤੇ ਇਹ ਜੇ ਆਪਾਂ ਸ਼ੁਰੂਆਤ ਕਰੀਏ, ਜਿਵੇਂ ਇਹਨਾਂ ਯੰਗਸਟਰਾਂ ਦੀ ਹੈਗੀ ਆ ਇੱਕ ਬਾਹਰ ਆਉਣ ਦੀ ਉਮੀਦ ਹੈਗੀ, ਇਸੇ ਤਰ੍ਹਾਂ ਮੇਰੀ ਵੀ ਉਮੀਦ ਸੀ ਕਾਲਜ ਤੋਂ ਬਾਅਦ ਜੀ ਜੀ, ਮੈਂ ਵੀ ਬਾਹਰ ਜਾਵਾਂ। ਦੱਸੋ, ਸਵੱਬ ਬਣਿਆ ਮੇਰਾ ਇਹ ਬਾਹਰ ਆਏ 1980 ਦੇ ਵਿੱਚ, ਅਤੇ ਕੋਈ ਚੈਲੰਜ ਵੀ ਹੁੰਦੇ ਨੇ ਜਦੋਂ ਬੰਦਾ ਆਉਂਦਾ ਬਾਹਰ, ਅਤੇ ਚੈਲੰਜ ਇਹ ਸੀ ਵੀ ਆਪਣਾ ਘਰ ਸਿਰ 'ਤੇ ਛੱਤ ਚਾਹੀਦੀ ਜੀ ਜੀ, ਅਤੇ ਆਪਣਾ ਕੰਮ ਹੋਵੇ ਜੋ ਕਿ ਅਸੀਂ ਪਹਿਲਾਂ ਪਿੱਛੋਂ ਕਰਦੇ ਆਏ ਹਾਂ, ਕਿਉਂਕਿ ਕਾਲਜ ਤੋਂ ਬਾਅਦ ਮੈਂ ਵੀ ਫਾਰਮਿੰਗ ਲੱਗ ਪਿਆ ਕਰਨ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਐਗਰੋ ਸਰਵਿਸ ਸੈਂਟਰ ਸੀਗਾ, ਬਿਜਨਸ ਵੀ ਸੀ। ਸੋ ਜਦੋਂ ਮੈਂ ਇੱਥੇ ਆਇਆ ਅਤੇ ਇੱਥੇ ਆਣ ਕੇ ਜੇ ਦੇਖਿਆ ਵੀ ਹਾਰਡ ਕੰਮ ਕਰਨਾ ਪੈਣਾ, ਅਤੇ ਉਹ ਅਸੀਂ ਮੈਂ ਉਸ ਚੈਲੇਂਜ ਕੀਤਾ ਜੀ, ਅਤੇ ਮੈਂ ਅਤੇ ਮੇਰੀ ਮਿਸਿਸ ਅਸੀਂ ਦੋਨਾਂ ਨੇ ਹਾਰਡ ਵਰਕ ਕੰਮ ਕੀਤਾ, ਅਤੇ ਤਕਰੀਬਨ 1.5 ਸਾਲ ਦੇ ਵਿੱਚ ਅਸੀਂ ਆਪਣਾ ਸਿਰ 'ਤੇ ਛੱਤ ਲੈ ਲਈ, ਛੋਟਾ ਜਿਹਾ 22 ਏਕੜ ਦਾ ਫਾਰਮ ਬਣਾ ਲਿਆ ਜੀ। ਪਰ ਉਹ ਸਮੇਂ ਸਸਤੇ ਸਨ, ਅਤੇ ਪਰ ਉਸ ਵੇਲੇ ਵੇਜਿਸ ਬਹੁਤ ਘੱਟ ਸੀਗੀ। ਸੋ ਮਿਹਨਤ ਇਹ ਹੋਇਆ ਕਿ 7 ਦਿਨ ਕੰਮ ਕਰਕੇ, 10-12 ਘੰਟੇ ਕੰਮ ਕਰਕੇ, ਸੰਤਰੇ ਤੋੜ ਕੇ, ਟਮਾਟਰ ਤੋੜ ਕੇ, ਅੰਗੂਰ ਤੋੜ ਕੇ, ਪ੍ਰੂਨਿੰਗ ਕਰਕੇ, ਸਾਰਾ ਕੁਛ ਕਰਕੇ, ਤਾਂ ਹੌਲੀ ਹੌਲੀ ਅਸੀਂ ਫਿਰ ਸੰਭਵ ਹੋਇਆ ਜੀ। ਅਤੇ ਇੱਥੇ ਤੁਸੀਂ ਸਭ ਤੋਂ ਪਹਿਲਾਂ ਗੱਲ ਜੇ ਆਪਾਂ ਕਰੀਏ ਵੀ ਤੁਸੀਂ ਦੇਖੋ ਆਸਟ੍ਰੇਲੀਆ ਨੂੰ ਆਏ, ਅੱਜ ਤੋਂ ਤਕਰੀਬਨ 35 ਵਰੇ ਹੋ ਗਏ ਇਸ ਵਾਰ ਪਰ 35 ਵਰੇ ਇੱਕ ਬਹੁਤ ਵੱਡਾ ਅਰਸਾ ਹੁੰਦਾ, ਅਤੇ ਤੁਸੀਂ ਆਸਟ੍ਰੇਲੀਆ ਵੱਲ ਹੀ ਕਿਉਂ ਮੂੰਹ ਕਰਿਆ, ਅਤੇ ਆਸਟ੍ਰੇਲੀਆ ਤੋਂ ਬਾਅਦ ਸਾਊਥ ਆਸਟ੍ਰੇਲੀਆ ਵੱਲ ਹੀ ਕਿਉਂ ਕਰਿਆ, ਅਤੇ ਸਾਊਥ ਆਸਟ੍ਰੇਲੀਆ ਤੋਂ ਬਾਅਦ ਰਿਵਰਲੈਂਡ ਵੱਲ ਹੀ ਕਿਉਂ ਕੀਤਾ? ਦਰਅਸਲ ਜੀ, ਜੇ ਸੱਚੀ ਗੱਲ ਦੱਸਾਂ ਤਾਂ ਸਾਨੂੰ ਸਾਡੀ ਮੈਡਮ ਹੀ ਇੱਥੇ ਲੈ ਕੇ ਆਏ ਨੇ ਜੀ, ਉਹਨਾਂ ਤੋਂ ਕੋਈ ਇੱਥੇ ਉਹਨਾਂ ਦੇ ਪਿਤਾ ਜੀ, ਮਾਤਾ ਜੀ, ਪਰਿਵਾਰ ਸਾਰਾ ਇੱਥੇ ਸੀਗਾ, ਪਹਿਲਾਂ ਸੈੱਟ ਸੀਗੇ ਸਾਊਥ ਆਸਟ੍ਰੇਲੀਆ ਦੇ ਵਿੱਚ ਜੀ ਜੀ। ਅਤੇ ਜੇ ਸ਼ੁਰੂਆਤ ਕਰੀਏ ਤਾਂ ਮੇਰੇ ਜਿਹੜੇ ਫਾਦਰ ਲੋ ਸੀ ਉਹ ਕੁਈਨਜ਼ਲੈਂਡ ਦੇ ਵਿੱਚ ਸ਼ੂਗਰ ਕੇਨ ਕਟਰ ਸੀਗੇ, ਅਤੇ ਉਹਨਾਂ ਨੂੰ ਅਸਥਮਾ ਹੋ ਗਿਆ, ਅਤੇ ਉਹਨਾਂ ਨੂੰ ਦੱਸਿਆ ਗਿਆ ਵੀ ਜੇ ਤੁਸੀਂ ਸਾਊਥ ਆਸਟ੍ਰੇਲੀਆ ਵਿੱਚ ਜਾਵੋਗੇ ਉੱਥੇ ਬਹੁਤ ਵਧੀਆ ਆਬੋ ਹਵਾ ਆ ਜੀ, ਅਤੇ ਤੁਹਾਨੂੰ ਤੁਸੀਂ ਠੀਕ ਹੋ ਜਾਵੋਗੇ। ਇਹੀ ਗੱਲ ਹੋਈ, ਉਹ ਆਏ ਸਿੰਗਲ ਸੀਗੇ, ਇੱਥੇ ਆਏ, ਉਹਨਾਂ ਦੀ ਸਿਹਤ ਠੀਕ ਹੋ ਗਈ, ਅਸਥਮੇ ਤੋਂ ਰਿਲੀਫ ਮਿਲ ਗਈ, ਉਹਨਾਂ ਨੇ ਆਪਣੀ ਫੈਮਿਲੀ ਮੰਗਾਈ, ਉਸ ਤੋਂ ਬਾਅਦ ਹੌਲੀ ਹੌਲੀ ਮੇਰਾ ਆਉਣਾ ਹੋਇਆ ਜੀ ਜੀ।
ਅਤੇ ਮੈਨੂੰ ਵੀ ਬਹੁਤ ਵਧੀਆ ਆਬੋ ਹਵਾ ਲੱਗੀ ਕਿਉਂਕਿ ਮੈਂ ਵੀ ਪੰਜਾਬ ਦੇ ਵਿੱਚ ਕਾਲਜ ਤੋਂ ਬਾਅਦ ਖੇਤੀ ਸ਼ੁਰੂ ਕੀਤੀ ਸੀ ਜੀ ਜੀ ਅਤੇ ਮੈਨੂੰ ਉਹੋ ਜਿਹਾ ਮੌਸਮ ਲੱਗਾ ਅਤੇ ਉਹੋ ਜਿਹੀ ਆਜ਼ਾਦੀ ਮਿਲੀ ਕਿ ਜਦੋਂ ਤੁਸੀਂ ਆਪਣਾ ਆਪ ਕੰਮ ਕਰਦੇ ਆ ਚਲੋ ਪਹਿਲਾਂ ਦੁਬਾਰਾ ਕੰਮ ਕਰਨਾ ਹੀ ਪੈਂਦਾ ਜੀ ਜੀ ਪਰ ਜੇ ਤੁਹਾਡੇ ਕੋਲ ਏਮ ਹੈਗਾ ਵੀ ਤੁਸੀਂ ਆਪਣਾ ਕਰਕੇ ਬਣਾਉਣਾ ਅਤੇ ਕਰਨਾ ਅਤੇ ਫਿਰ ਉਹਦੇ ਵਿੱਚ ਐਫਰਟ ਪਾਉਣੀ ਪੈਣੀ ਆ ਅਤੇ ਔਖਿਆਈਆਂ ਵੀ ਆਉਣੀਆਂ ਨੇ ਅਤੇ ਬਹੁਤ ਇੰਨੀ ਛੇਤੀ ਸੰਭਵ ਨਹੀਂ ਹੋਇਆ ਜੀ ਇਹਦੇ ਵਿੱਚ ਸਟਰਗਲ ਬਹੁਤ ਕਰਨੀ ਪਈ ਕਿਉਂਕਿ ਜਿਵੇਂ ਆਪਣੇ ਪੰਜਾਬ ਦੇ ਜਿਣਸਾਂ ਦੇ ਭਾਅ ਘੱਟਦੇ ਵੱਧਦੇ ਆ ਇਸ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਉਤਰਾਅ ਚੜ੍ਹਾਅ ਬਹੁਤ ਜ਼ਿਆਦਾ ਬਹੁਤ ਛੇਤੀ ਆ ਜਾਂਦਾ ਜੀ 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 ਮੈਂ ਜੀ ਗੱਲਾਂ ਤਾਂ ਬੜੀਆਂ ਵਧੀਆ ਚੱਲੀ ਜਾਂਦੀਆਂ ਸੀ ਆਪਣੀਆਂ ਦੋਨਾਂ ਦੀਆਂ ਅਤੇ ਆਪਣਾ ਤੀਜਾ ਬੰਦਾ ਬੈਠਾ ਐਂ ਸੁਣੀ ਜਾਂਦਾ ਜਿਵੇਂ ਹੁਣ ਇਹਨੇ ਬਲੌਗ ਖਰੀਦਣਾ ਹੁੰਦਾ ਬਾਈ ਜੀ ਗੱਲ ਅਸਲ 'ਚ ਇਹੀ ਆ ਕਿ ਮੈਂ ਸੋਚ ਰਿਹਾ ਸੀਗਾ ਕਿ ਜੇ ਮੇਰੇ ਵਰਗੇ ਬੰਦੇ ਨੇ ਅਣਜਾਣ ਬੰਦੇ ਨੇ ਜਦੋਂ ਖੇਤੀ ਦਾ ਪਤਾ ਹੀ ਕੁਛ ਨਹੀਂ ਜੀ ਜੀ ਖੇਤੀ ਸ਼ੁਰੂ ਕਰਨੀ ਹੋਵੇ ਤਾਂ ਉਹਦੇ ਲਈ ਕੀ ਮੁਸ਼ਕਿਲਾਂ ਆਉਂਦੀਆਂ ਕੀ ਮੁਸ਼ਕਿਲਾਂ ਆਉਂਦੀਆਂ ਨੇ ਕੀ ਸ਼ੁਰੂਆਤ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਐਡਾ ਆਸਾਨ ਹੋਊਗਾ ਕਿ ਹੁਣ ਜੇ ਮੇਰੇ ਵਰਗਾ ਆ ਕੇ ਇੱਥੇ ਖੇਤੀ ਕਰਨੀ ਸ਼ੁਰੂ ਕਰ ਦੇ ਅਤੇ ਉਹਦੇ ਲਈ ਕੁਛ ਸਿੱਖਣਾ ਪਊਗਾ ਪਹਿਲਾਂ ਕਿ ਜਾਂ ਫਿਰ ਕੋਈ ਕੁਛ ਐਕਸਪੀਰੀਅੰਸ ਲੈਣਾ ਪਊਗਾ ਕਿਤੋਂ ਜਾਂ ਕਿੱਦਾਂ ਐਕਸਪੀਰੀਅੰਸ ਦੀ ਗੱਲ ਇੱਦਾਂ ਵੀ ਪਹਿਲੇ ਤਾਂ ਆਪਾਂ ਵੈਸੇ ਜੇ ਦੇਖੀਏ ਪੰਜਾਬ ਤੋਂ ਜਿਹੜੇ ਆਪਣੇ ਬੰਦੇ ਆਉਂਦੇ ਆ ਮੋਸਟਲੀ ਆਪਣੀ ਜੋ ਵੀ ਆਉਂਦੇ ਉਹ ਐਗਰੀਕਲਚਰ ਨੂੰ ਬਿਲੋਂਗ ਕਰਦੇ ਨੇ ਤਕਰੀਬਨ ਸਿਮਲਰ ਹੀ ਉਹੋ ਜਿਹੀ ਤਕਰੀਬਨ ਖੇਤੀਬਾੜੀ ਆ ਇਹ ਵੱਖਰੀ ਗੱਲ ਵੀ ਉੱਥੇ ਆਪਾਂ ਕਣਕ ਬੀਜਦੇ ਹਾਂ ਇੱਥੇ ਆਪਾਂ ਅੰਗੂਰ ਬੀਜਦੇ ਹਾਂ ਇਹ ਥੋੜ੍ਹੀ ਜਿਹੀ ਪੱਕੀ ਖੇਤੀ ਆ ਪਰ ਇੱਥੇ ਵੀ ਆਪਣੇ ਵੈਜੀਟੇਬਲ ਲੋਕ ਗਰੋ ਕਰਦੇ ਆ ਅਤੇ ਜਿਹੜੀ ਹੈਗੀ ਜਾਣਕਾਰੀ ਦੀ ਗੱਲ ਉਹ ਜਿਹੜੀ ਹੈਗੀ ਆ ਉਹ ਤੁਸੀਂ ਇੱਕ ਦੂਜੇ ਤੁਸੀਂ ਲੈਂਦੇ ਆ ਉਹ ਇੱਦਾਂ ਵੀ ਜਿੱਦਾਂ ਆਪਣੀ ਫੈਮਿਲੀਆਂ ਹੁੰਦੀਆਂ ਇੱਕ ਦੂਜੇ ਨਾਲ ਮਿਲਦੇ ਵਰਦੇ ਹਾਂ ਜਾਂ ਜਦੋਂ ਈਵਨ ਅਸੀਂ ਸ਼ਨੀਵਾਰ ਨੂੰ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ ਅਸੀਂ ਸਿਰਫ ਉਹ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਅਸੀਂ ਆਪਣੀ ਸੋਸ਼ਲ ਆਪਣੀ ਗੱਲਾਂ ਬਾਤਾਂ ਕਰਨ ਵੀ ਜਾਂਦੇ ਹਾਂ ਵੀ ਕੀ ਬਿਮਾਰੀਆਂ ਚੱਲ ਰਹੀਆਂ ਕੀ ਦਵਾਈਆਂ ਅਸੀਂ ਵਰਤਣੀਆਂ ਸੋ ਸਾਡਾ ਉੱਥੇ ਇੱਕ ਕਿਸਮ ਦਾ ਗੁਰੂ ਘਰ ਦੇ ਬਾਅਦ ਦੇ ਵਿੱਚ ਪ੍ਰੋਗਰਾਮ ਤੋਂ ਬਾਅਦ ਅਸੀਂ ਆਪਸ ਵਿੱਚ ਇਹ ਵਿਚਾਰ ਵਟਾਂਦਰਾ ਕਰਦੇ ਹਾਂ ਬਾਕੀ ਇੱਥੇ ਐਗਰੀਕਲਚਰ ਵਾਲੇ ਬੰਦੇ ਹੈਗੇ ਆ ਜਿਨ੍ਹਾਂ ਨੂੰ ਤੁਸੀਂ ਕਾਲ ਕਰ ਸਕਦੇ ਹਾਂ ਜਾਂ ਜਿਹੜੀਆਂ ਹੈਗੀਆਂ ਏਜੰਸੀ ਸਰਕਾਰ ਵੱਲੋਂ ਵੀ ਹੈਗੀਆਂ ਅਤੇ ਏਜੰਸੀਆਂ ਵੀ ਹੈਗੀਆਂ ਜਿਹੜੀਆਂ ਤੁਹਾਨੂੰ ਫਰਟੀਲਾਈਜ਼ਰ ਜਾਂ ਪੈਸਟੀਸਾਈਡ ਸਪਲਾਈ ਕਰਦੀਆਂ ਆ ਉਹਨਾਂ ਦੀ ਨੌਲੇਜ ਦਿੰਦੀਆਂ ਉਹ ਆਣ ਕੇ ਤੁਹਾਨੂੰ ਨੌਲੇਜ ਜੀ ਜੀ ਮਤਲਬ ਇਸ ਦੌਰਾਨ ਫਿਰ ਤੁਹਾਡੀ ਕੋਈ ਟ੍ਰੇਨਿੰਗ ਵਗੈਰਾ ਜਿੱਦਾਂ ਹੁਣ ਆਪਣੇ ਇੱਥੇ ਕਿਸਾਨ ਨੇ ਇਹਨਾਂ ਦੀ ਕੋਈ ਟ੍ਰੇਨਿੰਗ ਵਗੈਰਾ ਵੀ ਚੱਲਦੀ ਹੈ ਕਿ ਜਾਂ ਫਿਰ ਇਹ ਸਿਰਫ ਤਜਰਬਿਆਂ ਦੇ ਨਾਲ ਹੀ ਸਾਰਾ ਕੁਝ ਸਿੱਖਦੇ ਕਰਦੇ ਨੇ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਜਾਂ ਮਤਲਬ ਕਹਿਣ ਦਾ 30 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਉਦੋਂ ਤਾਂ ਕੋਈ ਟ੍ਰੇਨਿੰਗ ਨਹੀਂ ਸੀਗੀ ਜੀ ਜੀ ਉਦੋਂ ਤਾਂ ਇਹ ਸੀਗਾ ਵੀ ਹਾਂ ਇੱਕ ਦੂਜੇ ਤੋਂ ਸਿੱਖ ਲਿਆ ਪੁੱਛ ਲਿਆ ਵੀ ਕੀ ਕਰਨਾ ਕੀ ਨਹੀਂ ਕਰਨਾ ਅਤੇ ਅੱਜ ਕੱਲ੍ਹ ਜਿਉਂ ਜਿਉਂ ਸਾਇੰਸ ਦਾ ਯੁੱਗ ਵੱਧ ਰਿਹਾ ਆ ਦਵਾਈਆਂ ਵੱਧ ਰਹੀਆਂ ਅਤੇ ਇਹਦੀ ਪ੍ਰੀਕੋਸ਼ਨ ਬਹੁਤ ਹੋ ਰਹੀਆਂ ਆ ਅੱਗੇ ਕਿਸੇ ਲਾਇਸੈਂਸ ਦੀ ਲੋੜ ਨਹੀਂ ਸੀ ਪੈਂਦੀ ਹੁਣ ਜੇ ਤੁਸੀਂ ਦਵਾਈ ਵੀ ਖਰੀਦਣੀ ਹੈ ਤਾਂ ਤੁਹਾਨੂੰ ਲਾਇਸੈਂਸ ਦੀ ਲੋੜ ਪੈਂਦੀ ਹੈ ਬਿਲਕੁਲ ਜੀ ਹੈਲਥ ਐਂਡ ਸੇਫਟੀ ਦਾ ਜਿੱਦਾਂ ਉਹਨਾਂ ਨੇ ਪੂਰਾ ਧਿਆਨ ਰੱਖਦੇ ਹੋਏ ਪੂਰਾ ਉਹ ਟ੍ਰੇਨਿੰਗ ਦਿੰਦੇ ਆ 2 ਜਾਂ 3 ਦਿਨ ਦੀ ਟ੍ਰੇਨਿੰਗ ਹੁੰਦੀ ਆ ਹੈਲਥ ਸੇਫਟੀ ਦੀ ਫਿਰ ਜਿਹੜੀ ਪੈਸਟੀਸਾਈਡ ਤੁਸੀਂ ਕਿੱਦਾਂ ਹੈਂਡਲ ਕਰਨੀ ਆ ਉਹਦੀ ਟ੍ਰੇਨਿੰਗ ਹੁੰਦੀ ਆ ਟਰਾਂਸਪੋਰਟ ਕਿਵੇਂ ਕਰਕੇ ਲਿਜਾਣੀ ਆ ਸਾਰਾ ਕੁਛ ਉਹਦੇ ਵਿੱਚ ਉਹ ਦੱਸਦੇ ਆ ਅਤੇ ਈਵਨ ਤੁਸੀਂ ਜੇ ਕੁਛ ਚੀਜ਼ ਵੇਚਦੇ ਆ ਉਹਦੇ ਲਈ ਵੀ ਲਾਇਸੈਂਸ ਲੈਣਾ ਪੈਂਦਾ ਤਕਰੀਬਨ ਜਿੱਦਾਂ ਵੀ ਕੀ ਤੁਸੀਂ ਇਹ ਦਵਾਈਆਂ ਵਰਤੀਆਂ ਜੀ 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 ਅਤੇ ਦੂਸਰਾ ਹੈਗਾ ਤੁਹਾਨੂੰ ਸਾਰਾ ਰਿਕਾਰਡ ਇਸ ਇਹਨਾਂ ਦਿਨਾਂ 'ਚ ਹੁਣ ਰਿਕਾਰਡ ਵੀ ਰੱਖਣਾ ਪੈਂਦਾ ਵੀ ਕਿਹੜੀ ਦਵਾਈ ਕਿੱਦਣ ਵਰਤੀ ਕਿੰਨੀ ਮਿਕਦਾਰ 'ਚ ਵਰਤੀ ਜੀ ਅਤੇ ਪੁਰਾਣੇ ਜ਼ਮਾਨੇ 'ਚ ਤਾਂ ਅਸੀਂ ਦਵਾਈ ਵਰਤੀ ਕੋਈ ਪ੍ਰੋਬਲਮ ਨਹੀਂ ਸੀਗੀ ਪਰ ਅੱਜ ਕੱਲ੍ਹ ਬਹੁਤ ਜ਼ਿਆਦਾ ਇਸ ਬਾਰੇ ਹੈ ਪਰ ਇਹਦੇ ਵਿੱਚ ਕੋਈ ਇੰਨੀ ਔਖਿਆਈ ਵਾਲੀ ਗੱਲ ਨਹੀਂ ਇੱਕ ਦੂਜੇ ਤੋਂ ਪਤਾ ਲੱਗ ਜਾਂਦਾ ਇਹ ਏਜੰਸੀਆਂ ਹੈਗੀਆਂ ਉਹ ਤੁਹਾਨੂੰ ਦੱਸ ਦਿੰਦੀਆਂ ਨੇ ਜੀ ਸੋ ਉਹਦੇ ਵਿੱਚ ਕੋਈ ਐਡੀ ਖਾਸ ਮੇਰੇ ਹਿਸਾਬ ਨਾਲ ਤਾਂ ਇਹ ਨਹੀਂ ਮੈਂ ਕਹਿੰਦਾ ਵੀ ਮੈਂ 30 ਸਾਲ ਹੋ ਗਏ ਪਰ ਇਹ ਇੰਨਾ ਸੌਖਾ ਇਹਨਾਂ ਕੋਲ ਸੌਖਾ ਵੀ ਨਹੀਂ ਔਖਾ ਵੀ ਨਹੀਂ ਕਰ ਚੱਲ ਜਾਂਦਾ ਕੰਮ ਮੈਂ ਦੇਖਿਆ ਬਹੁਤ ਸਾਰੇ ਅਸੀਂ ਜਾਣਦੇ ਹਾਂ ਜਦੋਂ ਰੋਜ਼ ਇਹਨਾਂ ਫਾਰਮ ਹਾਊਸਿਸ 'ਤੇ ਸਪੈਸ਼ਲੀ ਇੱਕ ਜਗ੍ਹਾ ਬਣੀ ਹੁੰਦੀ ਹੈ ਦਵਾਈ ਸਾਂਭਣ ਲਈ ਇੱਕ ਸਟੋਰ ਬਣਿਆ ਹੁੰਦਾ ਬੋਰਡ ਲੱਗਾ ਹੁੰਦਾ ਤਕਰੀਬਨ ਹੈ ਸਕੈਮ ਦਾ ਹਾਂਜੀ ਹਾਂਜੀ ਉਹ ਤਕਰੀਬਨ ਇਸੇ ਲਈ ਹੈ ਵੀ ਉਹਦਾ ਸਾਰਾ ਰਿਕਾਰਡ ਰੱਖਿਆ ਜਾ ਸਕੇ ਅਤੇ ਇੱਕ ਟਿਕਾਣਾ ਹੋਵੇ ਸਾਂਭ ਸੰਭਾਲ ਦਾ
ਤੇ ਦੂਸਰੀ ਗੱਲ ਮੈਂ ਪੁੱਛਣਾ ਚਾਹੁੰਦਾ ਸੀ ਕਿ ਜਦੋਂ ਨਵਾਂ ਬੰਦਾ ਖੇਤੀ ਸਟਾਰਟ ਕਰਦਾ ਉਹਦੇ ਕੋਲ ਇੰਨੇ ਸਾਧਨ ਨਹੀਂ ਹੁੰਦੇ ਖੇਤੀ ਦੇ, ਉਹ ਸਾਧਨ ਉਹਨੂੰ ਜ਼ਰੂਰੀ ਹੈ ਕਿ ਫਸਟ ਸਟੇਜ 'ਤੇ ਬਾਏ ਕਰਨੇ ਪੈਂਦੇ ਕਿ ਜਾਂ ਫਿਰ ਕੋਈ ਹਾਇਰ ਦਾ ਵੀ ਕੋਈ ਸਿਸਟਮ ਹੁੰਦਾ ਇੱਥੇ? ਹਾਂਜੀ, ਇੱਥੇ ਹਾਇਰ ਵੀ ਤੁਸੀਂ ਕਰ ਸਕਦੇ ਹਾਂ, ਪਰ ਅਸੀਂ ਤਾਂ ਪੰਜਾਬੀ ਹੈਗੇ ਹਾਂ, ਅਸੀਂ ਤਾਂ ਜਦੋਂ ਕੋਈ ਬੰਦਾ ਸਾਡਾ ਕੋਈ ਗੁਆਂਢੀ ਫਾਰਮ ਲੈਂਦਾ ਅਸੀਂ ਕਹਿੰਦੇ ਵੀ ਸਾਲ ਭਰ ਬਈ ਸਾਡਾ ਸਮਾਨ ਵਰਤ ਤੂੰ, ਉਦੋਂ ਬਾਅਦ ਆਪਣਾ ਲੈ ਲਈ। ਬਿਲਕੁਲ ਜੀ, ਭਾਈਚਾਰਾ ਭਾਈਚਾਰਾ ਅਕਸਰ ਹੀ ਸੁਹਾਗੇ ਇੰਡੀਆ 'ਚ ਵੀ ਮੰਗਦੇ ਰਹੇ ਹਾਂ। ਬਸ ਬਸ ਬਸ, ਉਹੀ ਟਰਾਲੀ ਮੰਗ ਲਈ ਇੱਥੇ ਵੀ ਇੱਥੇ ਆ, ਕੋਈ ਸਾਰਾ ਕੁਛ ਬਣਾਉਣ ਲਈ ਬਹੁਤ ਟਾਈਮ ਲੱਗਦਾ ਆ। ਬਿਲਕੁਲ, ਅਤੇ ਜਦੋਂ ਕੋਈ ਬੰਦਾ ਨਵਾਂ ਆਉਂਦਾ ਅਸੀਂ ਉਹਨੂੰ ਸਪੋਰਟ ਦੇਣੀ ਸਾਡਾ ਇੱਕ ਕਿਸਮ ਦਾ ਧਰਮ ਬਣ ਜਾਂਦਾ ਆ ਕਿ ਅਸੀਂ ਉਹਦੀ ਸਪੋਰਟ ਕਰੀਏ, ਉਹਨੂੰ ਖੜਾ ਕਰੀਏ, ਹੌਸਲਾ ਦੇਈਏ। ਸੋ ਹੁਣ ਆਪਾਂ ਗੱਲ ਜਿਹੜੀ ਉੱਥੇ ਚੱਲ ਰਹੀ ਸੀ ਆਪਣੀ, ਤੁਸੀਂ 22 ਏਕੜ ਦੇ ਫਾਰਮ ਤੋਂ ਸਟਾਰਟਿੰਗ ਕੀਤੀ। ਹਾਂਜੀ, ਅਤੇ ਤੁਸੀਂ ਇਹ 22 ਏਕੜ ਦਾ ਫਾਰਮ ਇੱਥੇ ਲਿਆ ਸੀ ਜਾਂ ਕਿਤੇ ਹੋਰ ਸੀ ਉਸ ਟਾਈਮ? ਹਾਂ, ਇੱਥੇ ਥੋੜ੍ਹੀ ਦੂਰ 30 ਕਿਲੋਮੀਟਰ ਦੂਰ ਇੱਥੋਂ, ਹੋਰ ਕਿਸੇ ਟਾਊਨ ਮੋਨਿਸ਼ ਦਾ ਟਾਊਨ ਮੋਨਿਸ਼ 'ਚ ਲਿਆ ਸੀ। ਅੱਛਾ, ਅਤੇ ਉਸ ਟਾਈਮ 'ਤੇ ਜਿਹੜੇ ਟਾਈਮ 'ਚ ਤੁਸੀਂ ਬਲੌਗ ਲਿਆ ਮੰਨ ਲਓ 35 ਕੁ ਵਰੇ ਪਹਿਲਾਂ, ਉਦੋਂ ਅਤੇ ਹੁਣ ਦੇ ਜੇ ਏਕੜ ਦੇ ਭਾਅ ਨੂੰ ਲਾਈਏ ਇੱਕ ਜ਼ਮੀਨ ਦਾ ਜਾਂ ਹੋਰ ਕੀ ਫਰਕ ਆਇਆ? ਕੋਈ ਖਾਸ ਫਰਕ ਨਹੀਂ ਹੈਗਾ। ਅੱਛਾ ਜੀ, ਇਹ ਵਿੱਚ ਜਿਹਾ ਜਦੋਂ ਪ੍ਰਾਈਸਾਂ ਚੜ੍ਹ ਗਈਆਂ ਸੀਗੀਆਂ ਜਿਣਸਾਂ ਦੀਆਂ ਅਤੇ ਉਦੋਂ ਪ੍ਰਾਈਸ ਵੱਧ ਗਈ ਸੀਗੀ ਜੀ, ਉਦੋਂ 25,000 ਡਾਲਰ ਵੀ ਏਕੜ ਹੋ ਗਿਆ ਸੀਗਾ। ਅੱਛਾ ਜੀ, ਹੁਣ ਫਿਰ 10-15 ਨੂੰ ਫੇਰ ਹੋ ਗਿਆ, ਜਦਕਿ ਉਦੋਂ ਮੈਂ ਲਿਆ ਉਦੋਂ 5,000 ਨੂੰ ਏਕੜ ਸੀਗਾ। ਸੋ ਉਹ ਜਿਹੋ ਜਿਹੀ ਪ੍ਰਾਈਸ ਦਿੰਦੇ ਉਹੋ ਜਿਹੇ ਹਿਸਾਬ ਨਾਲ ਉਹਨਾਂ ਵੇਲਿਆਂ 'ਚ ਉੱਨੀ ਪ੍ਰਾਈਸ ਹੁੰਦੀ ਸੀਗੀ ਜੀ ਜੀ ਜੀ, ਅਤੇ ਹੁਣ ਉਹ ਇਸ ਹਿਸਾਬ ਨਾਲ ਤਾਂ ਗਰੋਥ ਸਾਰੀ ਇੱਕ ਦੂਜੇ ਉਸ ਸਿਸਟਮ ਨਾਲ ਚੱਲਦੀ ਹੈ। ਅਤੇ ਇੱਕ ਗੱਲ ਜਿਹੜੀ ਹੋਰ ਮੈਂ ਕਹਿਣੀ ਚਾਹੂੰਗਾ ਵੀ ਆਪਾਂ ਜੇ ਹੁਣ ਇੱਕ ਚੀਜ਼ ਦੇਖੀਏ 35 ਵਰੇ ਦੇਖ ਰਹੇ ਹਾਂ ਇੱਕ ਪਾਸੇ, ਅਤੇ ਦੂਜੇ ਪਾਸੇ ਅਸੀਂ ਦੇਖਣਾ ਇਹ ਵੀ ਤੁਸੀਂ 22 ਕਿੱਲਿਆਂ ਤੋਂ ਸ਼ੁਰੂ ਕੀਤਾ ਪਹਿਲਾਂ, ਤਾਂ ਹੁਣ ਲੇਟੈਸਟ ਦੱਸੋ ਵੀ ਤੁਸੀਂ ਕਿੰਨੇ ਖੇਤੀ ਕਰ ਰਹੇ ਹੋ ਕਿੰਨੇ ਏਕੜ? ਰਿਵਰਲੈਂਡ ਦੇ ਵਿੱਚ ਆਪਣੇ ਕੋਲ 3 ਪੀਸ ਨੇ, 50-52 ਹੈਕਟੇਅਰ ਦੇ ਹਿਸਾਬ ਨਾਲ 52 ਹੈਕਟੇਅਰ ਜਣੀ। ਹਾਂ, ਈਚ ਪੀਸ ਹੈਗਾ ਜਣੀ ਪੀਸ, ਠੀਕ। ਪੌਣੇ 400 ਏਕੜ ਦੀ ਹੈ, ਪੌਣੇ 400 ਏਕੜ ਤੁਸੀਂ ਰਿਵਰਲੈਂਡ 'ਚ ਕਰ ਰਹੇ ਹੋ, ਅਤੇ ਐਡਲੇਡ ਦੇ ਲਾਗੇ ਵੀ ਤੁਸੀਂ ਕਰ ਰਹੇ ਹੋ? ਹਾਂਜੀ, ਉਹ ਵੀ 70 ਏਕੜ ਦਾ ਫਾਰਮ, 70 ਏਕੜ ਦਾ ਫਾਰਮ ਉੱਥੇ ਆ। ਹਾਂਜੀ, ਸੋ ਜੇ ਕਿਹਾ ਜਾਵੇ ਤਾਂ ਹੁਣ ਤੁਸੀਂ 500 ਏਕੜ ਦੇ ਲਾਗੇ ਤਾਗੇ ਦੀ ਵਾਹੀ ਕਰ ਰਹੇ ਹੋ, ਪਿਛਲੇ 35 ਸਾਲਾਂ 'ਚ ਆਪਦੀ ਮਿਹਨਤ ਨਾਲ ਇਹ ਆਪਦਾ ਸਮਰਾਜ ਖੜਾ ਕੀਤਾ। ਹਾਂਜੀ, ਅਤੇ ਜਿਹੜੀ ਤੁਸੀਂ ਇੱਥੇ ਫਸਲ ਕਰ ਰਹੇ ਹੋ ਉਹ ਕੀ ਚੀਜ਼ ਉੱਥੇ ਤੁਸੀਂ ਗਰੋ ਕਰ ਰਹੇ ਹੋ? ਸ਼ੁਰੂਆਤ ਦੇ ਵਿੱਚ ਤਾਂ ਕਾਫੀ ਕੁਛ ਸੀਗਾ ਜੀ, ਵੀ ਜਣੀ ਸਾਰਾ ਕੁਛ, ਮਤਲਬ ਵੀ ਅੰਗੂਰ, ਔਰੰਜਸ, ਐਪਰੀਕੋਟ, ਪੀਚਸ, ਪੀਚਰੀਨ, ਸਾਰਾ ਕੁਛ, ਮੈਂਡਰੀਨ ਵਗੈਰਾ ਸਾਰਾ ਕੁਛ ਸੀਗਾ ਜੀ। ਅਤੇ ਜਿਉਂ ਜਿਉਂ ਹੁਣ ਲਾਈਫ ਉਮਰ ਵਧੀ ਜਾਂਦੀ ਹੈ ਅਤੇ ਹੁਣ ਇਹ ਕੋਸ਼ਿਸ਼ ਹੁੰਦੀ ਹੈ ਵੀ ਜਿਹੜੇ 'ਤੇ ਜ਼ਿਆਦਾ ਐਫਰਟ ਕਰਨੀ ਪੈਂਦੀ ਉਹ ਘਟਾ ਦੇਈਏ। ਅਤੇ ਇਸ ਵੇਲੇ ਮੈਂ ਮੋਸਟਲੀ ਜਿਹੜੀ ਮੈਂ ਅੰਗੂਰਾਂ ਦੀ ਅਤੇ ਸੰਤਰਿਆਂ ਦੀ ਖੇਤੀ ਕਰਦਾ ਹਾਂ। ਅਤੇ ਐਡੀਲੇਡ ਵਿੱਚ ਉੱਥੇ ਵੀ ਸੇਮ ਹੀ ਜੀ? ਉੱਥੇ ਜੀ, ਉੱਥੇ ਅੰਗੂਰਾਂ ਦੀ ਖੇਤੀ ਕਰਦੇ ਹਾਂ ਅਤੇ ਥੋੜ੍ਹੇ ਬਹੁਤਾ ਔਲਬ ਦਾ ਕੰਮ ਕਰਦੇ ਹਾਂ। ਇੱਕ ਗੱਲ ਮੇਰੇ ਧਿਆਨ 'ਚ ਆਈ ਕਿ ਰਿਵਰਲੈਂਡ ਦੇ ਏਰੀਏ ਦੇ ਵਿੱਚ ਜ਼ਿਆਦਾ ਔਰੇਂਜਸ, ਗਰੇਪਸ ਅਤੇ ਆ ਪੀਚਿਸ ਵਗੈਰਾ ਇਹੋ ਜਿਹੇ ਸਟੋਨ ਫਰੂਟ ਹਾਂਜੀ ਮਿਲਦਾ ਇੱਥੇ ਜ਼ਿਆਦਾ। ਕ੍ਰੋਪ ਜਿਹੜੀ ਹੈ ਇਹ ਇਸ ਤਰੀਕੇ ਦੇ ਨਾਲ ਦੀ ਹੈ, ਪਰ ਜੇ ਐਡੀਲੇਡ ਦੇ ਆਪਾਂ ਕੋਲੇ ਚਲ ਜਾਈਏ ਉੱਥੇ ਵੈਜੀਟੇਬਲਸ ਵਗੈਰਾ ਵੀ ਕਾਫੀ ਹੁੰਦੀਆਂ। ਇਹ ਕੀ ਰੀਜ਼ਨ ਹੈ, ਲੈਂਡ ਦਾ ਰੀਜ਼ਨ ਹੈ ਕਿ ਜਾਂ ਫਿਰ ਇੰਡਸਟਰੀ ਟ੍ਰੈਂਡ ਹੈ? ਨਹੀਂ, ਇਸ ਤਰ੍ਹਾਂ ਹੈਗਾ ਜੀ, ਜਿਹੜਾ ਇੱਥੋਂ ਵੀ ਅਸੀਂ ਵੈਜੀਟੇਬਲ ਗਰੋ ਕਰਦੇ ਹਾਂ, ਅਸੀਂ ਵੀ ਕਰਦੇ ਰਹੇ ਹਾਂ, ਇਹਦਾ ਫਰੇਟ ਜ਼ਿਆਦਾ ਪੈ ਜਾਂਦਾ, ਫਿਰ ਉੱਥੇ ਲਿੰਕ ਨਹੀਂ ਹੁੰਦੇ, ਸੋ ਇਸ ਕਰਕੇ ਉੱਥੇ ਇੱਕ ਵਰਜੀਨੀਆ ਏਰੀਆ ਐਲਡ ਦੇ ਲਾਗੇ, ਉੱਥੇ ਸਾਰਾ ਵੈਜੀਟੇਬਲ ਗਰੋ ਹੁੰਦਾ। ਅਤੇ ਜਿਹੜੇ ਏਰੀਏ 'ਚ ਮੇਕੋ ਫਾਰਮ ਉੱਥੇ ਹੈਗਾ ਉਹ ਹਿਲਸ ਵਿੱਚ ਹੈਗਾ ਆ, ਅਤੇ ਉੱਥੇ ਥੋੜ੍ਹਾ ਮੀਂਹ ਜ਼ਿਆਦਾ ਪੈਂਦੇ ਅਤੇ ਉੱਥੇ ਅਸੀਂ ਅੰਗੂਰਾਂ ਦੇ ਜ਼ਿਆਦਾ ਫਾਰਮ ਜੀ। ਇਹੋ ਜਿਹੀ ਮਤਲਬ ਕਿ ਕੋਈ ਗੱਲ ਨਹੀਂ ਕਿ ਧਰਤੀ ਦੇ ਵਿੱਚ ਕੋਈ ਕਮੀ ਆ ਕਿ ਇੱਥੇ ਵੈਜੀਟੇਬਲਸ ਨਹੀਂ ਹੋ ਸਕਦੀਆਂ ਜਾਂ ਕੋਈ ਇਹੋ ਜਿਹਾ ਕੋਈ ਰੀਜ਼ਨ ਨਹੀਂ ਹੈ? ਦੇਖੋ, ਜਿਹੜਾ ਸਾਊਥ ਆਸਟ੍ਰੇਲੀਆ ਜਿੱਥੇ ਆਪਾਂ ਬੈਠੇ ਹਾਂ ਇਸ ਵੇਲੇ ਰਿਵਰਲੈਂਡ ਦੇ ਵਿੱਚ ਜੀ, ਇਹ ਧਰਤੀ ਤਾਂ ਹੈ ਹਲਕੀ ਥੋੜ੍ਹੀ ਜਿਹੀ, ਜਿੱਦਾਂ ਪੰਜਾਬ ਵਾਲੀ ਇੰਨੀ ਜਰਖੇਜ਼ ਨਹੀਂ ਧਰਤੀ ਹੈਗੀ ਜੀ। ਮੌਸਮ ਅਤੇ ਧਰਤੀ ਸਾਰਾ ਰਲਾ ਮਿਲਾ ਕੇ ਅਸੀਂ ਜੋ ਮਰਜ਼ੀ ਇੱਥੇ ਗਰੋ ਕਰ ਸਕਦੇ ਹਾਂ। ਆਹ ਬੜਾ ਗੱਲ ਹੈ, ਇਸ ਸਵਾਲ ਵਾਲੇ ਪਾਸੇ ਮੈਂ ਆਉਣਾ ਚਾਹੂੰਗਾ, ਪਰ ਪਹਿਲਾਂ ਟਾਈਮ ਕਾਫੀ ਹੋ ਗਿਆ ਬ੍ਰੇਕ ਲੈਣ ਦਾ ਆਪਾਂ ਨੂੰ,
ਆਪਾਂ ਇੱਕ ਲੈਂਦੇ ਹਾਂ ਬ੍ਰੇਕ ਛੋਟਾ ਜਿਹਾ, ਅਤੇ ਬ੍ਰੇਕ ਤੋਂ ਬਾਅਦ ਜਿਹੜਾ ਸਾਡਾ ਸਵਾਲ ਹੋਊਗਾ ਉਹ ਇਹੀ ਹੋਊਗਾ ਵੀ ਮੈਂ ਹੈਰਾਨ ਹੁੰਦਾ ਵੀ ਸਾਡੇ ਭਾਰਤ ਦੇ ਵਿੱਚ ਇੱਕ ਸਿਸਟਮ ਆ ਵੀ ਸੇਬ ਆ ਜੰਮੂ ਕਸ਼ਮੀਰ 'ਚ ਹੋਣਗੇ, ਜੇ ਕੋਈ ਕਣਕ ਆ ਉਹ ਪੰਜਾਬ 'ਚ ਹੋਊਗੀ, ਹਰ ਚੀਜ਼ ਦਾ ਵੱਖਰਾ ਉਹ ਆ, ਇੱਥੇ ਹਰ ਚੀਜ਼ ਆ। ਸੋ ਇਸ ਚੀਜ਼ ਨੂੰ ਆਪਾਂ ਵਿਸਤਾਰ 'ਚ ਜਾਂਦੇ ਹਾਂ, ਲੈਂਦੇ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ।